ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲਾਈਕ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਤਾਂ ਦੀ ਬਰਕਤ ਕਹਿੰਦੇ ਨੇ ਜੋ ਮਨੁੱਖ ਹਰ ਸਮੇਂ ਨਾ ਹੈ ਹੀ ਨਹੀਂ ਉਥੇ ਕਹਿੰਦੇ ਨਾ ਹੀ ਹੋ ਜਾਂਦੀ ਜੋ ਹਰ ਸਮੇਂ ਹਾਂ ਕਰਦਾ ਉਥੇ ਹਾਂ ਹੋ ਜਾਂਦੀ ਕਾਰਾਈ ਹਰ ਮਨੁੱਖਤਾ ਜੋ ਆਦਰਮਾਨ ਕਰੇ ਕਦੇ ਖਾਲੀ ਨਾ ਭੇਜੇ ਉਥੇ ਹਮੇਸ਼ਾ ਤਾਂ ਦੀ ਬਰਕਤ ਰੰਦੀ ਜੋ ਮੂੰਹ ਦਾ ਉਤਰ ਕਿਸੇ ਨੂੰ ਨਾ ਦਵੇ ਜਿੰਨਾ ਹੋ ਸਕੇ ਹੱਥ ਨਾਲ ਦਵੇ ਜਿਆਦੇ ਵਿੱਚੋਂ ਥੋੜਾ ਥੋੜੇ ਵਿੱਚੋਂ ਹੋਰ ਥੋੜਾ ਜ਼ਰੂਰ ਦਵੇ ਨਾ ਕਿਸੇ ਨੂੰ ਕਦੀ ਵੀ ਨਾ ਕਹੇ ਤਾਂ ਉੱਥੇ ਬਰਕਤ ਆ ਆ ਕੇ ਵਾਸ ਕਰਦੀ ਤੁਹਾਡੇ ਅੱਗੇ ਬੇਨਤੀ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਆਪਾਂ ਕਈ ਕਰਾਂ ਦੇ ਵਿੱਚ ਵੇਖਿਆ ਬੀਬੀਆਂ ਕਹਿਣਗੀਆਂ ਵੀ ਸਾਡੇ ਕੋਲ ਤੇ ਹੈ ਹੀ ਨਹੀਂ ਸਾਡੇ ਘਰ ਤੇ ਹੈ ਹੀ ਨਹੀਂ ਜਿੱਥੇ ਹੈ ਨਹੀਂ ਆਗੀ ਨਾ ਉਥੇ ਕਦੇ ਬਰਕਤ ਨਹੀਂ ਹੁੰਦੀ ਇੱਕ ਵਾਰ ਨਾ ਇੱਕ ਸੰਤ ਜੀ ਤੇ ਉਹਨਾਂ ਦੀ ਘਰ ਵਾਲੀ ਕਿਸੇ ਤੇ ਰਾਤ ਕਿਸੇ ਰਸਤੇ ਤੋਂ ਜਾ ਰਹੇ ਹੁੰਦੇ ਸੰਤ ਜੀ ਕਹਿੰਦੇ ਵੀ ਮੈਂ ਇਸ ਥਾਂ ਤੇ ਚੱਲਾਂ ਕਿਹਾ ਜਾਂਦਾ ਹੈ ਵੀ ਜਿਹੜੇ ਸੰਤ ਫਕੀਰ ਹੁੰਦੇ ਨੇ ਰੱਬ ਦੇ ਦੂਤ ਹੁੰਦੇ ਨੇ ਸਮੇਂ-ਸਮੇਂ ਤੇ ਲੋਕਾਂ ਦਾ ਪਾਰ ਉਤਾਰਾ ਕਰਦੇ ਰਹਿੰਦੇ ਉਹ ਕਹਿੰਦੇ ਮੈਂ ਫਲਾਣੀ ਨਗਰ 'ਚ ਚੱਲਾਂ ਤੇ ਸ਼ਾਮ ਤੱਕ ਆ ਜਾਵਾਂਗਾ ਸੰਚੀ ਦੀ ਘਰ ਵਾਲੀ ਕਹਿੰਦੀ ਜੇ ਚੱਲੇ ਉਹ ਤੇ ਮੈਂ ਵੀ ਨਾਲ ਚੱਲਣਾ ਕਿੰਦੇ ਵੀ ਠੀਕ ਹੈ ਕੁਝ ਦੂਰੀ ਤੇ ਆਉਂਦੇ ਨੇ ਓਕੇ ਸੰਤਜੀ ਦੀ ਘਰ ਵਾਲੀ ਕਹਿੰਦੀ ਪਿਆਸ ਲੱਗੀ ਉਹ ਕਹਿੰਦੇ ਤੈਨੂੰ ਕਿਹਾ ਸੀ ਨਾ ਤੂੰ ਨਾ ਚਲtir ਤੋ ਇਹ ਨਾ ਸਫ਼ਰ ਨਹੀਂ ਤੈ ਹੋਣਾ ਕਿ ਆ ਨਹੀਂ ਮੈਂ ਜਾਣਾ ਸੀ ਤੇ ਮੈਨੂੰ ਪਾਣੀ ਚਾਹੀਦਾ ਸੰਚੀ ਕੀ ਕਰ ਦਿਆ ਹੀਲਾ ਵਿਸੀਲਾ ਕਰਕੇ ਪਾਣੀ ਪਿਆ ਦਿੰਦੇ ਆ ਹੁਣ ਜਦੋਂ ਅੱਗੇ ਦੋ ਤਿੰਨ ਕੋ ਆਗੇ ਤੇ ਸੰਚੀ ਦੀ ਘਰ ਵਾਲੀ ਕਹਿੰਦੀ ਵੀ ਮੈਂ ਤਾਂ ਪ੍ਰਸ਼ਾਦਾ ਛਕਣਾ ਸੰਜੀ ਕਹਿੰਦੇ ਚਲੋ ਠੀਕ ਹੈ ਅਗਲਾ ਨਗਰ ਆਏਗਾ ਤੇ ਪ੍ਰਸ਼ਾਦਾ ਸ਼ਿਕਾ ਦੇਵਾਂਗੇ। ਅਗਲਾ ਨਗਰ ਆਉਂਦਾ ਤੇ ਨਗਰ ਚ ਵੜਦਿਆ ਸਾਰ ਇੱਕ ਸ਼ਾਹੂਕਾਰ ਦੀ ਹਵੇਲੀ ਆਉਂਦੀ। ਸੰਜੀ ਜਾ ਕੇ ਬੂਹਾ ਖੜਕਾਉਂਦੀ। ਬੂਹਾ ਖੜਕਾਇਆ ਤੇ ਕਿਹਾ ਵੀ ਅਸੀਂ ਥੋੜਾ ਪ੍ਰਸ਼ਾਦਾ ਤੇ ਖੀਰ ਖਾਣ ਦੀ ਇੱਛਾ ਰੱਖਦੇ ਹਾਂ। ਸ਼ਾਹੂਕਾਰ ਦੀ ਘਰ ਵਾਲੀ ਕਹਿੰਦੀ ਵੀ ਮੈਂ ਤੇ ਐਨੇ ਜਿੰਨੇ ਦਾ ਪ੍ਰਸ਼ਾਦਾ ਪਾਣੀ ਬਣਾਉਣਾ। ਜੇ ਖੀਰ ਖਾਣ ਦੀ ਇੱਛਾ ਰੱਖਦੇ ਸੀ ਤੇ ਘਰ ਹੀ ਰਹਿਣਾ ਸੀ। ਕਿਸੇ ਦੇ ਘਰ ਆ ਕੇ ਕਿਉਂ ਐਵੇਂ ਡਿਮਾਂਡਾ ਕਰਦੇ ਪਏ ਵੀ ਖੀਰ ਤੇ ਪ੍ਰਸ਼ਾਦਾ ਖਾਣ। ਮੇਰੇ ਕੋਲ ਇਸ ਸਮੇਂ ਸਮਾਂ ਨਹੀਂ ਹੈਗਾ ਅੱਗੇ ਚੱਲਦੇ ਬਣੋ ਮੈਂ ਤੇ ਹੋਰਾਂ ਦਾ ਪ੍ਰਸ਼ਾਦ ਆ ਬਣੋ ਨੇ ਸੰਚੀ ਤੇ ਉਹਨਾਂ ਦੇ ਘਰ ਵਾਲੇ ਜਦੋਂ ਇਹ ਗੱਲ ਸੁਣੀ ਤੇ ਅੱਗੇ ਚਲੇ ਗਏ ਅੱਗੇ ਥੋੜੀ ਦੂਰੀ ਤੇ ਨਾ ਇੱਕ ਟੁੱਟੀ ਜੀ ਛਾਨ ਸੀ ਉਹਦੇ ਕੋਲ ਜਾ ਕੇ ਉਹਦੇ ਆਵਾਜ਼ ਲਗਾਈ ਅੰਦਰੋਂ ਮਾਈ ਨਾ ਬਾਹਰ ਆਈ ਮਾਈ ਨੂੰ ਕਿਹਾ ਮਾਈ ਭੁੱਖ ਲੱਗੀ ਏ ਖੀਰ ਤੇ ਪ੍ਰਸ਼ਾਦਾ ਖਾਣ ਦੀ ਇੱਛਾ ਰੱਖਦੇ ਮਾਈ ਕਹਿੰਦੀ ਠੀਕ ਹੈ ਅੰਦਰ ਆ ਮਾਈ ਆਦਰ ਸਤਕਾਰ ਨਾਲ ਅੰਦਰ ਲੈ ਜਾ ਕੇ ਇੱਕ ਚਾਦਰ ਸੀ ਉਹ ਚਾਦਰ ਵਿਛਾ ਕੇ ਉੱਤੇ ਬਿਠਾਤਾ ਤੇ ਆਪ ਬਾਹਰ ਨੂੰ ਜਾਣ ਲੱਗੇ ਸੰਜੀ ਕਹਿੰਦੇ ਮਾਈ ਆਪ ਕਿਧਰ ਚਲਨੀ ਏ ਸਾਨੂੰ ਬਿਠਾ ਕੇ ਕਿਹਾ ਜੀ ਖੀਰ ਤੇ ਪ੍ਰਸ਼ਾਦ ਦੇ ਲਈ ਰਸਦ ਲੈਣ ਚਲੀ ਸੰਜੀ ਕਹਿੰਦੇ ਮਾਈ ਤੂੰ ਅੰਦਰ ਜਾ ਕੇ ਦੇ ਵੇ ਸਾਰੀ ਰਸਦ ਪਈ ਕਹਿੰਦੀ ਸੰਤ ਜੀ ਨਹੀਂ ਹੈ ਤਾਂ ਹੀ ਚਲਨੀ ਹੈ ਸੰਜੀ ਕਹਿੰਦੇ ਇੱਕ ਵਾਰੀ ਜਾ ਕੇ ਤਾਂ ਦੇ ਸੰਜੀ ਜਦੋਂ ਅੰਦਰ ਸੰਤ ਜੀ ਨੇ ਕਿਹਾ ਨਾ ਤੂੰ ਅੰਦਰ ਮਾਈ ਗਈ ਤੇ ਦੇਖਿਆ ਵੀ ਅੰਦਰ ਦਾ ਪੰਡਾਰੀ ਭਰੇ ਭੇਨੇ ਸਾਰੀ ਚੀਜ਼ਾਂ ਦੇ ਉਹਨੇ ਛੇਤੀ ਛੇਤੀ ਨਾਲ ਆਟਾ ਗੁੰਨਿਆ ਇੱਕ ਸਾ ਇੱਕ ਪਾਸੇ ਜਿਹੜਾ ਚੁੱਲ੍ਹਾ ਸੀ ਉੱਤੇ ਖੀਰ ਰੱਖ ਕੇ ਤੇ ਪਕਾ ਕੇ ਲਿਆ ਕੇ ਥਾਲੀਆਂ ਵਿੱਚ ਪਾ ਕੇ ਤੇ ਰੱਖ ਦਿੱਤੀ ਹੌਂਜਰੀ ਸੰਤ ਜੀ ਦੀ ਘਰ ਵਾਲੀ ਸੀ ਉਹਨੇ ਬੜੇ ਪ੍ਰੇਮ ਭਾਵ ਨਾਲ ਸੰਤ ਜੀ ਵੱਲ ਵੇਖਿਆ ਸੰਤ ਜੀ ਸਮਝ ਗਏ ਸੰਜੀ ਕਹਿੰਦੀ ਮਾਈ ਤਿੰਨ ਥਾਲੀਆਂ ਦੇ ਵਿੱਚ ਹੋਰ ਪ੍ਰਸ਼ਾਦਾ ਪਾਣੀ ਪਾ ਕੇ ਲੈ ਕੇ ਕਿੰਦੀ ਸੰਤ ਜੀ ਤੁਸੀਂ ਦੋ ਜਣੇ ਮੈਂ ਬਾਅਦ ਚ ਛਕਾਂਗੀ ਤੇ ਤਿੰਨ ਚ ਕਿਉਂ ਪਾ ਕੇ ਲੈ ਕੇ ਆਵਾ ਕਾਰਨ ਜਾਣ ਸਕਦੀਆਂ ਸੰਜੀ ਕਹਿੰਦੀ ਇੱਕ ਤੇਰੀ ਥਾਲੀ ਇੱਕ ਤੇਰੀ ਨੂੰਹ ਦੀ ਤੇ ਇੱਕ ਤੇਰੀ ਪੁੱਤ ਦੀ ਹੱਥ ਜੋੜ ਕੇ ਕਹਿੰਦੀ ਸੰਜੀ ਮੈਂ ਇਸ ਦੁਨੀਆ ਵਿੱਚ ਕੱਲੀ ਹਾਂ ਪਤੀ ਆ ਕਾਲ ਚਲਾ ਨੇ ਕਰ ਗਿਆ ਸੀ ਪਹਿਲੇ ਬੜੇ ਸਮੇਂ ਤੋਂ ਇਸ ਕਰਕੇ ਕੱਲੀ ਰਹਿਣੀ ਆ ਔਲਾਦ ਹੈ ਨਹੀਂ ਸੰਜੀ ਕਹਿੰਦੇ ਪਿੱਛੇ ਤਾਂ ਮੁੜ ਕੇ ਦੇਖ ਪਿੱਛੇ ਮੁੜ ਕੇ ਦੇਖਦੀ ਹੈ ਤੇ ਉਹਦਾ ਪੁੱਤ ਤਿੰਨ ਖੜੇ ਹੁੰਦੇ ਨੇ ਖੁਸ਼ੀ-ਖੁਸ਼ੀ ਤਿੰਨ ਥਾਲੀਆਂ ਦੇ ਵਿੱਚ ਪਾ ਕੇ ਲਿਆਉਂਦੀ ਏ ਤੇ ਬੈਠ ਕੇ ਖਾਂਦੇ ਨੇ ਸੰਜੀ ਕਹਿੰਦੇ ਜਾਣ ਲੱਗਿਆ ਕੀ ਕਰਦੇ ਨੇ ਵੀ ਕਹਿੰਦੇ ਤੇਰੇ ਘਰ ਦੇ ਅੰਨ ਤੇ ਧੰਨ ਦੇ ਢੰਡਾਰ ਭਰੇ ਨੇ ਤੇ ਜਿਹੜੀ ਝੌਂਪੜੀ ਹੁੰਦੀ ਹੈ ਨਾ ਉਹਨੂੰ ਵੀ ਲੱਤ ਮਾਰ ਕੇ ਢਾਜਦੇ ਨੇ ਬੜੀ ਹੈਰਾਨ ਹੁੰਦੀ ਏ ਵੀ ਇੱਕੋ ਇੱਕ ਝੌਂਪੜੀ ਸੀ ਤੇ ਉਹਨੂੰ ਵੀ ਲੱਤ ਮਾਰ ਕੇ ਢਾਗੇ ਨੇ ਤੇ ਆਂਦੇ ਅੰਨ ਤੇ ਧੰਨ ਦੇ ਢੰਡਾਰ ਭਰੇ ਰਣ ਉਹ ਕਿੱਥੇ ਭਰੇ ਰਹਿਣਗੇ ਅਈਨੇ ਨੂੰ ਕੀ ਹੁੰਦੀ ਹੈ ਦੇਖਦੀ ਹੈ ਵੀ ਜਿਹੜਾ ਜੋ ਪ੍ਰਸ਼ਾਦਾ ਬਣਾਇਆ ਸੀ ਨਾ ਖੀਰ ਉਹ ਵੱਧ ਹੀ ਜਾਂਦੀ ਹੈ ਕਹਿੰਦੀ ਵੀ ਇੰਨਾ ਭਰਿਆ ਪਿਆ ਇਹ ਅਸੀਂ ਤੇ ਖਾ ਲਿਆ ਹੁਣ ਐਵੇਂ ਕਰਦੀਆਂ ਸਾਰੇ ਨਗਰ ਦੇ ਵਿੱਚ ਤਿੰਨੋ ਜਣੇ ਜਾਂਦੇ ਨੇ ਤੇ ਵੰਡਣ ਚਲੇ ਜਾਂਦੇ ਨੇ ਵੱਖ-ਵੱਖ ਚੀਜ਼ਾਂ ਜਲ ਪਾ ਕੇ ਤੇ ਵੰਡਣ ਚਲੇ ਜਾਂਦੇ ਨੇ ਹੁਣ ਵੰਡਦੇ ਵੰਡਦੇ ਨਾ ਉਹ ਕੀ ਦੇਖਦੇ ਨੇ ਵੀ ਜਦੋਂ ਆਪਣੇ ਘਰ ਤੋਂ ਥੋੜੇ ਦੂਰ ਤੇ ਦੇਖਦੇ ਨੇ ਵੀ ਸਾਰੇ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਉਹਨਾਂ ਦਾ ਘਰ ਦਾ ਇੱਕ ਮਹਿਲ ਉੱਥੇ ਬਣ ਜਾਂਦਾ ਤਾਂ ਸਭ ਤੋਂ ਉੱਚਾ ਹੁੰਦਾ ਭੱਜੇ-ਭੱਜੇ ਆ ਕੇ ਦੇਖਦੇ ਨੇ ਵੀ ਕਹਿੰਦੇ ਵੀ ਤਾਂ ਹੀ ਸ਼ਾਇਦ ਸੰਤ ਜੀ ਇਸ ਨੂੰ ਤੋੜ ਕੇ ਚਲੇਗੇ। ਹੁਣ ਜਦੋਂ ਵੰਡਦੀ-ਵੰਡਦੀ ਉਹ ਜਿਹੜੀ ਮਾਈ ਨਾ ਉਹਨਾਂ ਦੇ ਸ਼ਾਹੂਕਰ ਦੇ ਘਰ ਤੱਕ ਪਹੁੰਚਦੀ। ਉਹ ਕਹਿੰਦੀ ਵੀ ਤੂੰ ਕਿਵੇਂ ਖੀਰ ਵੰਡਣ ਆਈ ਵੀ ਤੇਰੇ ਘਰ ਤੇ ਤੇਰਾ ਗੁਜ਼ਾਰਾ ਨਹੀਂ ਸੀ ਹੁੰਦਾ ਤੇ ਤੂੰ ਅੱਜ ਖੀਰ ਵੰਡਦੀ ਪਈ। ਉਹ ਸਾਰੀ ਗੱਲ ਦੱਸਦੀ ਵੀ ਐਵੇਂ ਸੰਤ ਜੀ ਆਏ ਸੀ ਤੇ ਉਹਨੇ ਖੀਰ ਤੇ ਪ੍ਰਸ਼ਾਦਾ ਮੰਗਿਆ ਤੇ ਉਹ ਮੇਰੇ ਘਰ ਅੰਨ ਤੇ ਤੰਦੇ ਭੰਡਾਰ ਭਰ ਕੇ ਚਲੇ ਗਏ। ਉਹ ਕਹਿੰਦੀ ਉਹ ਦੇਖਦੀਏ ਵੀ ਉਹਦਾ ਘਰ ਜਿਵੇਂ ਟੁੱਟੀ ਝੌਂਪੜੀ ਚ ਬਦਲ ਗਿਆ ਹੋਵੇ। ਪਾਟੇ ਪੁਰਾਣੇ ਕੱਪੜੇ ਹੱਪਾਏ ਹੁਣ। ਕਿੰਦੀ ਵੀ ਉਹ ਕਹਿੰਦੀ ਉਹ ਗਏ ਕਿੱਧਰ ਨੂੰ ਦੱਸਦੀ ਵੀ ਇੱਧਰ ਨੂੰ ਇਸ਼ਾਰਾ ਕੀਤਾ ਇੱਧਰ ਨੂੰ ਗਏ ਭੱਜੀ ਭੱਜੀ ਉਹਨਾਂ ਦੇ ਪਿੱਛੇ ਜਾਂਦੀ ਇਹਨੇ ਨੂੰ ਸੰਤ ਤੇ ਉਹਨਾਂ ਦੀ ਘਰ ਵਾਲੀ ਜਾ ਰਹੀ ਹੁੰਦੇ ਨੇ ਜਾ ਕੇ ਪੈਰ ਫੜ ਲੈਂਦੀ ਕਹਿੰਦੀ ਸੰਤ ਜੀ ਇਹ ਤੁਸੀਂ ਚੰਗੀ ਕੀਤੀ ਮੇਰੇ ਤੋਂ ਖੋ ਕੇ ਤੇ ਉਹਨੂੰ ਦੇ ਤਾਂ ਸੰਜੀ ਕਹਿੰਦੇ ਨਹੀਂ ਤੇਰੇ ਘਰ ਹੈ ਹੀ ਨਹੀਂ ਸੀ ਤੇਰੇ ਘਰ ਨੰਨਾ ਹੈ ਬਿਨਾ ਤੇ ਹੈ ਨਹੀਂ ਜਿੱਥੇ ਆ ਗਿਆ ਉੱਥੇ ਕੁਝ ਨਹੀਂ ਹੁੰਦਾ ਉਹਦੇ ਘਰ ਹਰ ਇੱਕ ਚੀਜ਼ ਨੂੰ ਹਾਂ ਸੀ ਉਹ ਮੂੰਹ ਦਾ ਉੱਤਰ ਕਿਸੇ ਨੂੰ ਨਹੀਂ ਸੀ ਦੇਂਦੀ ਜੋ ਦਿੰਦੀ ਸੀ ਹੱਥਾਂ ਨਾਲ ਦਿੰਦੀ ਸੀ ਤੇ ਉਹਦੇ ਕਰ ਆਪ ਹੀ ਆਉਣਾ ਸੀ ਕਹਿੰਦੀ ਨਹੀਂ ਸੰਜੀ ਜੋ ਹੋ ਗਿਆ ਸੋ ਹੋ ਗਿਆ ਪਰ ਮिन्नੂ ਮੇਰਾ ਜੋ ਹੈਗਾ ਨਾ ਮੇਰਾ ਉਹ ਮੈਨੂੰ ਦੇ ਦੋ ਉਹ ਤਰਲੇ ਕਰਨ ਲੱਗੀ ਕਹਿੰਦੀ ਸੰਜੀ ਹੁਣ ਚ ਲੱਤਾਂ ਨਹੀਂ ਮੈਂ ਤੇਰੀ ਮੇ ਬਾ ਪੈਰ ਨਹੀਂ ਨਾ ਮੈਂ ਛੱਡਣੀ ਨਹੀਂ ਹੈਗੇ ਸੰਜੀ ਕਹਿੰਦੇ ਫਿਰ ਗੱਲ ਸੁਣ ਜੋ ਤੇਰਾ ਹੈ ਨਾ ਉਹਦਾ ਅੱਧਾ ਹਿੱਸਾ ਵੀ ਤੂੰ ਉਹ ਮਾਈ ਨੂੰ ਦਵੇਂਗੀ ਤੇ ਤੇਰੇ ਕੋਲ ਤੈਨੂੰ ਮਿਲ ਜਾਏਗਾ ਕਹਿੰਦੀ ਮੈਨੂੰ ਮਨਜ਼ੂਰ ਹੈ ਮੈਂ ਆਪਣਾ ਅੱਧਾ ਹਿੱਸਾ ਉਹਨੂੰ ਦਵਾਂਗੀ ਸੰਜੀ ਕਹਿੰਦੇ ਜਾ ਤੇਰੇ ਵੀ ਅੰਤ ਤੱਕ ਧੰਦੇ ਪੰਡਾਰ ਪਰੇ ਰਹਿਣਗੇ ਪਰ ਇੱਕ ਗੱਲ ਯਾਦ ਰੱਖੀ ਨਾ ਤੇ ਕਦੇ ਹੈ ਨਹੀਂ ਨੰਨਾ ਸ਼ਬਦ ਮੂੰਹ ਤੇ ਨਾ ਆਵੇ ਕਦੀ ਵੀ ਮੂੰਹ ਦਾ ਉੱਤਰ ਕਿਸੇ ਨੂੰ ਨਾ ਦੇਵੀ ਜਿੰਨਾ ਹੋ ਸਕੇ ਹੱਥ ਨਾਲ ਦੀ ਜਿਆਦਾ ਵਿੱਚੋਂ ਥੋੜਾ ਥੋੜੇ ਵਿੱਚੋਂ ਹੋਰ ਥੋੜਾ ਜ਼ਰੂਰ ਦੇਵੀ ਤੇਰੇ ਘਰ ਨਾ ਕਿਸੇ ਨੂੰ ਨਾ ਕਹੀਂ ਤੇਰੇ ਘਰ ਅੰਤ ਤੇ ਤਨ ਦੇ ਪੰਡਾਰ ਪਰੇ ਰਹਿਣਗੇ ਇਸ ਤਰ੍ਹਾਂ ਕਿਹਾ ਜਾਂਦਾ ਵੀ ਉਹ ਜਦੋਂ ਘਰ ਗਈ ਤੇ ਉਹਦਾ ਘਰ ਵੀ ਓਵੇਂ ਮਹਿਲ ਨੁਮਾ ਓਵੇਂ ਸਾਫ ਸੁਥਰੇ ਕੱਪੜੇ ਤੇ ਸਾਰਾ ਕੁਝ ਹੁਣ ਉਹਨੇ ਆਪਣੀ ਕਹੀ ਸੀ ਕਿ ਅੱਧਾ ਤਨ ਮਿਆਂ ਨੂੰ ਦਵਾਂਗੇ ਉਹਨੇ ਆਪਣਾ ਅੱਧਾ ਤਨ ਉਸ ਮਾਈ ਨੂੰ ਦੇ ਦਿੱਤਾ ਇਸ ਤਰ੍ਹਾਂ ਉਹ ਮਾਈ ਨੇ ਜਿਸ ਕਿਸੇ ਨੇ ਵੀ ਮਿਲਣਾ ਨਾ ਮਾਈ ਨੇ ਹਮੇਸ਼ਾ ਨੂੰ ਕਿਹਾ ਕਰਨਾ ਮੂੰਹ ਦਾ ਉੱਤਰ ਕਿਸੇ ਨੂੰ ਨਾ ਦੇ ਜਿੰਨਾ ਹੋ ਸਕੇ ਹੱਥਾਂ ਨਾਲ ਦੇ ਜਿਆਦਾ ਵਿੱਚੋਂ ਥੋੜਾ ਦੀ ਥੋੜੇ ਵਿੱਚੋਂ ਹੋਰ ਥੋੜਾ ਦੇ ਨੰਨਾ ਕਿਸੇ ਨੂੰ ਨਾ ਕਹੀਂ ਇਸ ਤਰ੍ਹਾਂ ਜਿਸ ਜੋ ਵੀ ਕੋਈ ਇਹ ਸੁਣਦਾ ਉਹ ਉਸੇ ਤੇ ਅਮਲ ਕਰਦਾ ਤੇ ਉਹਦੇ ਕਰ ਅੰਨ ਤੇ ਧਨ ਦੇ ਭੰਡਾਰ ਭਰੇ ਰਹਿੰਦੇ ਨੇ ਕਹਿੰਦੇ ਧਨ ਦੀ ਬਰਕਤ ਇਸੇ ਨਾਲ ਹੁੰਦੀ ਇਸ ਕਰਕੇ ਆਪਣੇ ਘਰ ਕਈ ਬੀਬੀਆਂ ਕਹਿ ਦਿੰਦੀਆਂ ਨੇ ਨਾ ਹੈ ਹੀ ਨਹੀਂ ਹੈ ਨਹੀਂ ਜਿੱਤੇ ਹੈ ਨਹੀਂ ਆ ਗਿਆ ਨਾ ਉੱਥੇ ਕਦੇ ਬਰਕਤ ਨਹੀਂ ਹੁੰਦੀ ਇਸ ਕਰਕੇ ਇਹ ਸ਼ਬਦੀ ਵਰਤੋ ਘਰ ਵਿੱਚ ਕਦੇ ਨਾ ਕਰੋ ਹਮੇਸ਼ਾ ਕਹੋ ਹਾਂ ਹੈ ਥੋੜੇ ਵਿੱਚੋਂ ਥੋੜਾ ਦੇ ਦਿਓ ਜ਼ਿਆਦੇ ਵਿੱਚੋਂ ਥੋੜਾ ਦੇ ਦਿਓ ਇਸ ਕਰਕੇ ਜੋ ਹਮੇਸ਼ਾ ਦੇਣ ਦੀ ਪਰਵਰਤੀ ਰੱਖਦਾ ਹੈ ਉਹਦੇ ਘਰ ਅੰਤੇ ਤੰ ਦੇ ਭੰਡਾਰ ਭਰੇ ਰਹਿੰਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖੋ ਆਪਣੇ ਕਰੋ ਕਦੇ ਕਿਸੇ ਨੂੰ ਖਾਲੀ ਨਾ ਤੁਰੋ ਜੇ ਕੋਈ ਮੰਗਣ ਵੀ ਆਉਂਦਾ ਨਾ ਮੰਗਤਾ ਆਟੇ ਦੀ ਕੋਲੀ ਤਾਂ ਪਾ ਹੀ ਸਕਦੇ ਆ ਨਾ ਜ਼ਰੂਰ ਪਾ ਇਹਦੇ ਨਾਲ ਅੰਨ ਦੇ ਭੰਡਾਰ ਭਰੇ ਰਹਿੰਦੇ ਨੇ ਪਰਮਾਤਮਾ ਕਹਿੰਦਾ ਵੀ ਇਹਦੇ ਹੱਥ ਦੇਣ ਲਈ ਉੱਠਦੇ ਨੇ ਇਹਦੇ ਮੂੰਹ ਚੋਂ ਉੱਤਰ ਨਹੀਂ ਨਿਕਲਦਾ ਇਹਦੇ ਹੱਥਾਂ ਰਾਹੀ ਜਾਂਦਾ ਵੀ ਇਹਦੇ ਹੱਥਾਂ ਨਾਲ ਆਪਣਾ ਦਿੰਦਾ ਇਸ ਕਰਕੇ ਇਹਦੇ ਕਰ ਹਮੇਸ਼ਾ ਮਿਹਰ ਰੱਖੋ ਜਦੋਂ ਵੀ ਕੋਈ ਲੈਣ ਆਵੇ ਕਦੇ ਕਿਸੇ ਨੂੰ ਮਾੜਾ ਨਾ ਬੋਲੋ ਜਿੰਨੀ ਤੁਹਾਡੀ ਸ਼ਰਤ ਹੈ ਭਾਵੇਂ ਇੱਕ ਦਾਣਾ ਵੀ ਨਾ ਉਹ ਵੀ ਦੇ ਕੇ ਵਿਦਾ ਕਰ ਦਿਓ ਪਰ ਐਵੇਂ ਕਰਨ ਨਾਲ ਹਮੇਸ਼ਾ ਘਰ ਅੰਤ ਤੇ ਤਾਂ ਦੇ ਭੰਡਾਰ ਪਰੇ ਰਹਿਣਗੇ ਪਰ ਕਦੇ ਵੀ ਹੈ ਨਹੀਂ ਸ਼ਬਦ ਕਦੇ ਵੀ ਨਾ ਬੋਲੋ ਕਿਹਾ ਜਾਂਦਾ ਹੈ ਨਹੀਂ ਇੰਨੀ ਮਾੜੀ ਹੈ ਨਾ ਘਰ ਦਾ ਸਾਰਾ ਰਿਜਕ ਬਰਕਤ ਖੋ ਲੈਂਦੀ ਇਸ ਕਰਕੇ ਬੀਬੀਆਂ ਆਪ ਹੀ ਸ਼ਬਦ ਨਾ ਬੋਲੋ ਤੇ ਆਪਣੇ ਬੱਚਿਆਂ ਨੂੰ ਵੀ ਨਾ ਬੋਲਣ ਦਵੋ ਜੇ ਚਾਹੁੰਦੇ ਹੋ ਘਰ ਦੇ ਵਿੱਚ ਤਾਂ ਦੀ ਬਰਕਤ ਹੋਵੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ અને આપની રસના વાહેગરુ જી બોલ કે આપણી રસનાનું પવિત્ર કરો